ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਰਮਨ ਸ਼ਰਮਾ ਅਤੇ ਹੁਣ ਤੱਕ ਤੁਸੀਂ ਮੈਨੂੰ ਰਮਨ ਆਇਲਸ ਚੈਨਲ ਦੇ ਉੱਤੇ ਅੰਗਰੇਜ਼ੀ ਪੜ੍ਹਾਉਂਦੇ ਨੂੰ ਦੇਖਿਆ, ਆਇਲਸ ਪੜ੍ਹਾਉਂਦੇ ਨੂੰ ਦੇਖਿਆ ਅਤੇ ਬਹੁਤ ਬੱਚਿਆਂ ਨੇ ਬਹੁਤ ਸਿੱਖਿਆ ਲਈ ਅਤੇ ਬਹੁਤ ਬੱਚੇ ਵਿਦੇਸ਼ਾਂ 'ਚ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਆ। ਇਸ ਟਾਈਮ ਮੈਂ ਅੱਜ ਰਮਨ ਵਾਈਬਸ ਚੈਨਲ 'ਤੇ ਆਇਆ ਕਿਉਂਕਿ ਇਹ ਚੈਨਲ ਰਮਨ ਆਇਲਸ ਤੋਂ ਬਿਲਕੁਲ ਵੱਖਰਾ ਚੈਨਲ ਹੈ। ਇੱਥੇ ਜਿਹੜੇ ਭੈਣ ਭਰਾ ਜੁੜਨਗੇ ਉਹ ਬਿਲਕੁਲ ਵੱਖਰੇ ਹੋਣਗੇ ਕਿਉਂਕਿ ਇਹ ਇੱਕ ਮੋਟੀਵੇਸ਼ਨਲ ਚੈਨਲ ਹੈ। ਮੋਟੀਵੇਸ਼ਨਲ ਦਾ ਮਤਲਬ ਕੀ ਹੈ ਕਿ ਅੱਜ ਦਾ ਜੋ ਦੌਰ ਹੈ ਉਹ ਜ਼ਿੰਦਗੀ ਟੈਨਸ਼ਨਾਂ ਭਰੀ ਹੋਈ ਹੈ ਅਤੇ ਇੱਕ ਬੰਦਾ ਐਵੇਂ ਦਾ ਤਾਂ ਚਾਹੀਦਾ ਨਾ ਜਿਹੜਾ ਸਾਨੂੰ ਬੂਸਟ ਕਰੇ, ਸਾਨੂੰ ਉੱਤੇ ਚੱਕੇ ਅਤੇ ਜ਼ਿੰਦਗੀ ਨੂੰ ਜਿਉਣ ਦਾ ਰਾਹ ਦਿਖਾਵੇ। ਅੱਜ ਮੈਂ ਇਸ ਚੈਨਲ ਦੇ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਕਿ ਮੈਂ ਐਵੇਂ ਦੀਆਂ ਵੀਡੀਓਜ਼ ਨੂੰ ਛੋਟੀਆਂ ਛੋਟੀਆਂ ਕਹਾਣੀਆਂ ਜਿਨ੍ਹਾਂ ਨੂੰ ਸੁਣ ਕੇ ਇੱਕ ਤਾਂ ਹਾਸਾ ਆਵੇ, ਸਿੱਖਿਆ ਮਿਲੇ, ਮੋਟੀਵੇਸ਼ਨ ਮਿਲੇ ਅਤੇ ਡੈਫੀਨੇਟਲੀ ਇੱਕ ਇੰਟਰਸਟ ਪੈਦਾ ਹੋਵੇ। ਇਹ ਚੈਨਲ ਤੁਹਾਡੇ ਸਾਰਿਆਂ ਦਾ ਆਪਣਾ ਚੈਨਲ ਹੈ ਅਤੇ ਵੱਧ ਤੋਂ ਵੱਧ ਸਪੋਰਟ ਕਰੋ। ਅੱਜ ਮੈਂ ਦੋ ਮਿੰਨੀ ਕਹਾਣੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਅਤੇ ਦੋਨੇ ਛੋਟੀਆਂ ਛੋਟੀਆਂ ਕਹਾਣੀਆਂ 'ਚੋਂ ਨਾਲੇ ਸੁਣਨ ਦਾ ਮਜ਼ਾ ਵੀ ਆਊਗਾ, ਮਜ਼ਾ ਆਉਣ ਦੇ ਨਾਲ ਨਾਲ ਤੁਹਾਨੂੰ ਸਿੱਖਿਆ ਵੀ ਮਿਲੂਗੀ, ਹਾਂ ਇੱਕ ਜ਼ਿੰਦਗੀ ਨੂੰ ਸੇਧ ਜ਼ਰੂਰ ਮਿਲੂਗੀ। ਤਾਂ ਕਹਾਣੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਗੱਲ ਕਰਦਾ ਜੀਭ, ਜਿਹਨੂੰ ਆਪਾਂ ਜ਼ਬਾਨ ਕਹਿੰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਆ ਰਹੇ ਨਾ ਇਹ ਕੀ ਹੈ, ਇਹ ਜੀਭ ਹੈ, ਇਹਨੂੰ ਆਪਾਂ ਜ਼ਬਾਨ ਅੰਗਰੇਜ਼ੀ 'ਚ ਟੰਗ ਵੀ ਕਹਿ ਦਿੰਦੇ ਹੁੰਦੇ ਹਾਂ ਅਤੇ ਅਕਸਰ ਸੁਣਨ ਦੇ ਵਿੱਚ ਇਹ ਆਇਆ ਹੁੰਦਾ ਕਿ ਇਹ ਸਰੀਰ ਦਾ ਇੱਕ ਉਹ ਅੰਗ ਹੈ ਜਿਹਦੇ ਕੋਈ ਹੱਡੀ ਨਹੀਂ ਹੁੰਦੀ, ਪਰ ਯਕੀਨ ਕਰੋ ਇਹ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ। ਕਹਿਣ ਦਾ ਮਤਲਬ ਕੀ ਹੈਗਾ ਕਿ ਬੋਲਣ ਦਾ ਢੰਗ ਤੁਹਾਡੀ ਜੀਭ ਦੇ ਦੁਆਰਾ ਹੀ ਪੇਸ਼ ਹੁੰਦਾ ਹੈਗਾ। ਜੇ ਤੁਸੀਂ ਕਿਸੇ ਬੰਦੇ ਨੂੰ ਕਹੋਗੇ ਨਾ, ਦੇਖ ਬਾਈ ਤੇਰਾ ਫਾਦਰ ਸਾਹਿਬ ਆ ਰਿਹਾ, ਬੋਲਿਆ ਇਸੇ ਜੀਭ ਨਾਲ, ਅਗਲਾ ਕਹੂਗਾ ਵਾਹ ਵਾਹ ਮੇਰੇ ਫਾਦਰ ਦੀ ਪੂਰੀ ਇੱਜ਼ਤ ਕਰੀ ਹੈ। ਤੁਸੀਂ ਹੁਣ ਕਹਿ ਕੇ ਦੇਖੋ, ਓਏ ਤੇਰਾ ਡੈਡੀ ਆ ਰਿਹਾ, ਚਲੋ ਫਿਰ ਵੀ ਠੀਕ ਹੈ, ਓਏ ਤੇਰਾ ਬਾਪੂ ਆ ਰਿਹਾ, ਫਿਰ ਵੀ ਠੀਕ ਹੈ। ਤੁਸੀਂ ਕਿਹਨੂੰ ਕਹਿ ਕੇ, ਓਏ ਤੇਰਾ ਬੁੜਾ ਆ ਰਿਹਾ, ਤੁਸੀਂ ਕਹਿ ਕੇ ਬੋਲਿਆ ਕਿ ਇਸੇ ਜ਼ਬਾਨ ਨਾਲ, ਇਹ ਜ਼ਬਾਨ ਤੁਹਾਨੂੰ ਬੁੜਾ ਵੀ ਕਹਾ ਦਿੰਦੀ ਹੈ ਅਤੇ ਇਹ ਜ਼ਬਾਨ ਤੁਹਾਨੂੰ ਫਾਦਰ ਸਾਹਿਬ ਵੀ ਕਹਾ ਦਿੰਦੀ ਹੈ। ਮਤਲਬ ਕੀ ਹੈ ਕਿ ਇਹਦੇ ਹੱਡੀ ਅਵਧੇ ਕੋਈ ਨਹੀਂ ਹੈਗੀ, ਪਰ ਹੱਡੀਆਂ ਤੜਵਾ ਜ਼ਰੂਰ ਦਿੰਦੀ ਹੈ, ਇਹ ਸੱਚਾਈ ਹੈ। ਕਹਿਣ ਦਾ ਮਤਲਬ ਇਹ ਆ ਕਿ ਮਿੱਠਾ ਬੋਲਣ ਵਾਲਾ ਜਿਹੜਾ ਇਨਸਾਨ, ਮਿੱਠ ਬੋਲਣਾ ਹੁੰਦਾ ਹੈਗਾ, ਉਹਦਾ ਜ਼ਹਿਰ ਵੀ ਵਿਕ ਜਾਂਦਾ, ਯਕੀਨ ਕਰਿਓ ਮੇਰੀ ਗੱਲ 'ਤੇ। ਜਿਹੜਾ ਬੰਦਾ ਮਿੱਠਾ ਬੋਲਦਾ ਉਹਦਾ ਜ਼ਹਿਰ ਵੀ ਵਿਕ ਜਾਂਦਾ ਅਤੇ ਅਸਲ ਦੇ ਵਿੱਚ ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਇਹ ਸੱਚਾਈ ਹੈ। ਐਗਜ਼ਾਮਪਲ ਦੇਖੋ ਨਾ, ਜੇ ਕੋਈ ਮਿੱਠਾ ਬੋਲਦਾ ਹੋਵੇ, ਅਗਲੇ ਨੂੰ ਇਹ ਕਰੀ ਚੱਲੇ ਵੀ ਪਲੀਜ਼ ਥੋੜ੍ਹਾ ਜਿਹਾ ਜ਼ਹਿਰ ਲੈ ਲਓ ਮੇਰੇ ਕਰਕੇ, ਪਲੀਜ਼ ਦੇਖੋ ਇੱਕ ਬੂੰਦ ਤਾਂ ਦੇਖੋ ਲੈਣੀ ਪੈਣੀ ਹੈ। ਕਹਿਣ ਦਾ ਮਤਲਬ ਕੀ ਹੋਇਆ ਕਿ ਉਹ ਬੰਦਾ ਕਿੰਨਾ ਮਿੱਠਾ ਹੈ। ਲੈ ਮੈਂ ਕਹਿੰਦਾ ਜੇ ਕੋਈ ਕੌੜਾ ਬੋਲਦਾ ਹੋਵੇ, ਉਹਦਾ ਸ਼ਹਿਦ ਵੇਚ ਕੇ ਰਖਾਵੇ, ਖਾ ਲੈ ਲੰਘਦਾ ਨਹੀਂ ਤੇਰੇ, ਚੱਲ ਸਲੈ, ਬਸ ਫਰਕ ਇਹੀ ਜ਼ਬਾਨ ਦਾ, ਹੋਰ ਕੁਛ ਨਹੀਂ ਹੈਗਾ। ਹੁਣ ਆਪਣੇ ਹੱਥ ਹੈ ਕਿ ਆਪਾਂ ਇਹਨੂੰ ਕਿਸ ਤਰੀਕੇ ਨਾਲ ਯੂਜ਼ ਕਰਦੇ ਹਾਂ। ਤਾਂ ਆਓ ਅੱਜ ਦੀ ਪਹਿਲੀ ਮਿੰਨੀ ਕਹਾਣੀ ਹੈ ਜਿਹਦਾ ਨਾਮ ਹੈ ਲੱਕੜਹਾਰਾ। ਤੁਸੀਂ ਕਹੋਗੇ ਵੀ ਸਰ ਪਤਾ ਨਹੀਂ ਗੱਲਾਂ ਕਿੱਥੋਂ ਲੈ ਕੇ ਆਉਂਦੇ ਹੋ, ਚਲੋ ਆਹ ਚੈਨਲ 'ਤੇ ਕੋਈ ਸਰ ਨਹੀਂ, ਆਹ ਚੈਨਲ 'ਤੇ ਤੁਹਾਡਾ ਭਰਾ ਹੈਗਾ, ਤਾਂ ਡੈਫੀਨੇਟਲੀ ਤੁਸੀਂ ਜੱਜ ਕਰੋਗੇ ਕਿ ਇਹ ਕਹਾਣੀ ਕਿਵੇਂ ਆਈ। ਸਮਝਾਉਂਦਾ ਮੈਂ, ਇੱਕ ਵਾਰ ਦੀ ਗੱਲ ਹੈ ਕਿ ਇੱਕ ਲੱਕੜਹਾਰਾ ਜੰਗਲ ਦੇ ਵਿੱਚ ਜਾਂਦਾ। ਜੰਗਲ ਦੇ ਵਿੱਚ ਜਾਣ ਉਪਰੰਤ ਕੀ ਹੁੰਦਾ ਹੈਗਾ, ਉਹਨੇ ਬਹੁਤ ਵੱਡਾ ਇੱਕ ਦਰਖਤ ਦੇਖਿਆ ਅਤੇ ਉਹਨੇ ਸੋਚਿਆ ਵੀ ਚੱਲ ਯਾਰ ਅੱਜ ਇਹ ਦਰਖਤ ਨੂੰ ਮੈਂ ਵੱਢੂੰਗਾ, ਦਰਖਤ ਨੂੰ ਵੱਢ ਕੇ ਮੈਂ ਬਾਜ਼ਾਰ 'ਚ ਵੇਚੂੰਗਾ ਅਤੇ ਇਹਦੇ 4 ਰੁਪਈਏ ਆਉਣਗੇ ਅਤੇ ਮੈਂ ਆਪਦਾ ਕਮਾਊਂਗਾ ਕੁਛ। ਐਨੀ ਹਾਓ ਕੀ ਹੁੰਦਾ, ਉਹ ਦਰਖਤ ਜਦੋਂ ਵੱਢਣ ਲੱਗਦਾ ਆਪਦੇ ਹੱਥ 'ਚ ਕਹਾੜਾ ਫੜਦਾ, ਬਹੁਤ ਜ਼ੋਰ ਦੀ ਇੱਕ ਕਹਾੜਾ ਜਿਹੜਾ ਉਹਦਾ ਵਾਰ ਹੈਗਾ ਉਹ ਕੀ ਕਰਦਾ, ਦਰਖਤ 'ਤੇ ਮਾਰਦਾ। ਪਹਿਲੀ ਸੱਟ ਮਾਰਨ 'ਤੇ ਦਰਖਤ ਨਾਲ ਦੀ ਨਾਲ ਰੋਣ ਲੱਗ ਜਾਂਦਾ ਅਤੇ ਲੱਕੜਹਾਰਾ ਹੱਸ ਕੇ ਦਰਖਤ ਨੂੰ ਪੁੱਛਦਾ ਵੀ ਕੀ ਗੱਲ ਦਰਖਤਾ, ਤੇਰੇ ਬੜਾ ਦੁੱਖ ਲੱਗਦਾ,
ਉਹ ਕਹਿੰਦਾ ਨਹੀਂ 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 ਮੇਰੇ ਦੁੱਖ ਨਹੀਂ ਲੱਗਦਾ। ਉਹ ਕਹਿੰਦਾ ਚੱਕਰ ਕੀ ਹੈ ਫਿਰ ਤੂੰ ਰੋਣਾ ਕਿਉਂ ਹੈ? ਤਾਂ ਦਰਖਤ ਨੇ ਜਵਾਬ ਦਿੱਤਾ, ਮੇਰੇ ਦੁੱਖ ਨਹੀਂ ਲੱਗਦਾ, ਮੈਂ ਤਾਂ ਨਹੀਂ ਰੋ ਰਿਹਾ ਵੀ ਮੇਰੇ ਦਰਦ ਹੋ ਰਿਹਾਗਾ। ਲੱਕੜਾਰਾ ਪੁੱਛ ਰਿਹਾ ਫਿਰ ਰੋ ਕਿਉਂ ਰਿਹਾ ਦਰਖਤ, ਮੈਨੂੰ ਇਹ ਤਾਂ ਦੱਸ ਦੇ। ਤਾਂ ਦਰਖਤ ਨੇ ਜਵਾਬ ਦਿੱਤਾ ਕਿ ਜਿਹੜੀ ਤੇਰੇ ਕੋਲ ਕਹਾੜੀ ਹੈ ਨਾ, ਜਿਹੜਾ ਉਹਦੇ 'ਚ ਦਸਤਾ ਪਾਇਆ ਹੋਇਆ ਨਾ, ਜਿਹੜਾ ਹੱਥ ਹੈਂਡਲ ਪਾਇਆ ਹੋਇਆ ਨਾ, ਉਹ ਮੇਰੀ ਅਵਧੀ ਲੱਕੜ ਦੇਗਾ। ਮਤਲਬ ਜਿਹੜਾ ਉਹ 'ਚ ਬਾਹ ਪਾਇਆ ਹੋਇਆ ਨਾ, ਉਹ ਮੇਰੀ ਲੱਕੜ ਦੇ। ਅਤੇ ਜਦੋਂ ਅਵਧਾ ਅਵਧੇ ਨੂੰ ਵੱਢਦਾ, ਕਹਿੰਦਾ ਦੁੱਖ ਤਾਂ ਉਦੋਂ ਲੱਗਦਾ ਜੇ ਤੇਰੀ ਸਾਰੀ ਕਹਾੜੀ ਲੋਹੇ ਦੀ ਹੁੰਦੀ, ਮੈਨੂੰ ਫਰਕ ਨਹੀਂ ਪੈਂਦਾ ਸੀਗਾ। ਤਾਂ ਅਸਲੀਅਤ ਦੇ ਵਿੱਚ ਕਹਿਣਾ ਕੀ ਚਾਹੁੰਦਾ ਹੈਗਾ, ਜਦੋਂ ਕੋਈ ਅਵਧਾ ਅਵਧੇ ਨੂੰ ਮਾਰੂਗਾ ਤਾਂ ਉਦੋਂ ਸਭ ਤੋਂ ਜ਼ਿਆਦਾ ਦੁੱਖ ਲੱਗੂਗਾ। ਅਤੇ ਯਕੀਨ ਕਰੋ, ਕੋਸ਼ਿਸ਼ ਕਰਿਆ ਕਰੋ ਕਿ ਜਿਹੜੇ ਆਪਦੇ ਹੈ ਨਾ, ਉਹਨਾਂ ਨਾਲ ਮਿਲਵਰਤਨ ਹੋਵੇ, ਉਹਨਾਂ ਨਾਲ ਪਿਆਰ ਹੋਵੇ, ਨਾ ਕਿ ਕਹਾੜੀ ਵਾਂਗੂ ਆਪਦੇ ਨੂੰ ਵੱਢਿਆ ਜਾਵੇ। ਕਿਸੇ ਦੀ ਲੱਤ ਨਾ ਖਿੱਚੋ, ਉਹਦਾ ਹੱਥ ਖਿੱਚੋ। ਲੱਤ ਖਿੱਚੋਗੇ ਤੁਸੀਂ ਬੰਦੇ ਨੂੰ ਨੀਚੇ ਖਿੱਚਣ ਨੂੰ ਫਿਰਦੇ ਹੋ, ਹੱਥ ਖਿੱਚੋਗੇ ਤੁਸੀਂ ਬੰਦੇ ਨੂੰ ਆਪਦੇ ਬਰਾਬਰ ਦਾ ਕਰੋਗੇ, ਅਤੇ ਪਰਮਾਤਮਾ ਤੁਹਾਡੇ 'ਤੇ ਬਹੁਤ ਮੇਰਾ ਭਰਿਆ ਹੱਥ ਰੱਖੇਗਾ ਜੇ ਤੁਹਾਡਾ ਨੇਚਰ ਐਵੇਂ ਦਾ ਹੋਊਗਾ। ਤਾਂ ਡੈਫੀਨੇਟਲੀ ਆਪਦਾ ਆਪਦੇ ਨੂੰ ਵੱਢੂਗਾ, ਦੁੱਖ ਤਾਂ ਲੱਗੂਗਾ ਹੀ ਨਾ। ਅਤੇ ਅੱਜ ਤੋਂ ਬਾਅਦ ਆਪਦਾ ਆਪਦੇ ਨੂੰ ਨਾ ਵੱਢੇ ਤਾਂ ਸਭ ਤੋਂ ਖੁਸ਼ੀ ਵਾਲੀ ਗੱਲ ਹੈ। ਅਤੇ ਦੂਜੀ ਇੱਕ ਕਹਾਣੀ ਹੈ, ਉਹ ਹੈ ਕਿਸੇ ਗਧੇ ਦੀ। ਬੜੀ ਦਿਲਚਸਪ ਗੱਲ ਸੁਣਾਊਂਗਾ। ਗਧਾ, ਦੋ ਗਧੇ ਸੀ, ਇੱਕ ਬੜਾ ਹੁਸ਼ਿਆਰ ਸੀਗਾ ਅਤੇ ਇੱਕ ਬੜਾ ਨਲਾਇਕ ਸੀਗਾ। ਮਾਲਕ ਨੇ ਦੋਨੇ ਗਧੇ ਆਪਣੇ ਇੱਕ ਖੇਤ 'ਚ ਰੱਖੇ ਹੋਏ ਸੀ। ਸ਼ਹਿਰ ਦੇ ਵਿੱਚ ਕੋਈ ਵੀ ਸਮਾਨ ਛੱਡਣ ਜਾਣਾ ਹੁੰਦਾ ਸੀਗਾ ਤਾਂ ਉਹ ਕੀ ਕਰਦਾ ਸੀ, ਇੱਕ ਵਾਰ ਇੱਕ ਗਧੇ ਦੀ ਵਾਰੀ ਆਉਂਦੀ ਅਤੇ ਦੂਜੀ ਵਾਰ ਦੂਜੇ ਗਧੇ ਦੀ ਵਾਰੀ ਆਉਂਦੀ। ਹੁਣ ਕਹਿਣ ਦਾ ਮਤਲਬ ਸੀਗਾ, ਜਿਹੜਾ ਹੁਸ਼ਿਆਰ ਸੀਗਾ ਨਾ, ਉਹ ਹਮੇਸ਼ਾ ਆਪਣੇ ਦਿਮਾਗ ਦੀ ਵਰਤੋਂ ਕਰਦਾ ਸੀ, ਅਤੇ ਜਿਹੜਾ ਨਲਾਇਕ ਸੀਗਾ ਉਹ ਇਕੱਲਾ ਉਹਨੂੰ ਦੇਖ ਕੇ ਕਾਪੀ ਕਰਦਾ ਸੀ। ਕਾਪੀ ਮਤਲਬ ਕਿ ਉਹਦੀ ਨਕਲ ਉਤਾਰਦਾ ਸੀ, ਮਤਲਬ ਉਹਨੇ ਕਦੇ ਆਪਦਾ ਦਿਮਾਗ ਤਾਂ ਵਰਤੇ ਹੀ ਨਹੀਂ, ਉਹ ਹਮੇਸ਼ਾ ਕਾਪੀ 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 ਮਤਲਬ ਕੀ ਹੋ ਗਿਆ, ਉਹਦੀ ਨਕਲ ਉਤਾਰਨਾ। ਇੱਕ ਵਾਰ ਦੀ ਗੱਲ ਹੈ ਕਿ ਮਾਲਕ ਨੇ ਇੱਕ ਗਧੇ ਦੇ ਢੂਈ ਦੇ ਉੱਤੇ ਨਮਕ ਨਮਕ ਦੇ ਦੋ ਥੈਲੇ ਲੱਦੇ ਅਤੇ ਗਧੇ ਨੂੰ ਕਿਹਾ, ਜਾ ਸ਼ਹਿਰ ਜਾ ਅਤੇ ਥੈਲੇ ਤਾਰ ਕੇ ਆ। ਲਓ ਜੀ, ਗਧਾ ਤੁਰ ਪਿਆ, ਜਿਹੜਾ ਨਲਾਇਕ ਗਧਾ ਸੀ ਉਹਦੇ ਪਿੱਛੇ ਲੁੱਕ ਲੁੱਕ ਕੇ ਤੁਰ ਪਿਆ ਵੀ ਦੇਖਾਂ ਤਾਂ ਸਹੀ ਜਾਂਦਾ ਕਿਵੇਂ ਹੈ, ਕਿਉਂਕਿ ਕੱਲ੍ਹ ਨੂੰ ਮੇਰੀ ਵਾਰੀ ਵੀ ਹੈ, ਮੈਨੂੰ ਵੀ ਜਾਣਾ ਪਊਗਾ। ਤਾਂ ਡੈਫੀਨੇਟਲੀ ਉਹਦੀ ਨਕਲ ਕਰਦਾ ਕਰਦਾ ਉਹਦੇ ਪਿੱਛੇ ਗਿਆ। ਜਿਹੜਾ ਹੁਸ਼ਿਆਰ ਗਧਾ ਸੀ, ਚਲਾਕ ਗਧਾ ਸੀ, ਜਿਹਦਾ ਦਿਮਾਗ ਸੀਗਾ, ਉਹ ਤੁਰਦਾ ਗਿਆ ਤੁਰਦਾ ਗਿਆ। ਸਾਹਮਣੇ ਉਹਨੇ ਨਦੀ ਦੇਖੀ, ਜਦੋਂ ਨਦੀ ਦੇਖੀ ਗਧੇ ਨੇ ਕੀ ਕਰਿਆ, ਆਪਦੇ ਆਪ ਨੂੰ ਨਦੀ ਦੇ ਵਿੱਚ ਵਾੜਿਆ। ਜਦੋਂ ਨਦੀ ਦੇ ਵਿੱਚ ਵਾੜਿਆ ਕੀ ਹੋਇਆ, ਕੁਛ ਕੁ ਮਾਤਰਾ ਦੇ ਵਿੱਚ ਜਿਹੜਾ ਨਮਕ ਸੀਗਾ ਉਹ ਖੁਰ ਗਿਆ, ਨਮਕ ਸੀਗਾ ਜਿਹੜਾ ਉਹ ਖੁਰ ਗਿਆ। ਗਧਾ ਜਦੋਂ ਨਦੀ 'ਚੋਂ ਬਾਹਰ ਨਿਕਲਿਆ ਤਾਂ ਉਹਦਾ ਭਾਰ ਵੀ ਘੱਟ ਗਿਆ, ਅਤੇ ਗਧਾ ਤੇਜ਼ ਤੇਜ਼ ਭੱਜ ਭੱਜ ਕੇ ਜਾ ਕੇ ਆਪਦੀਆਂ ਬੋਰੀਆਂ ਉੱਥੇ ਰੱਖ ਕੇ ਘਰ ਨੂੰ ਆ ਗਿਆ। ਅਤੇ ਇਹ ਸਾਰਾ ਜਿਹੜਾ ਸੀਨ ਸੀਗਾ, ਇਹ ਨਕਲਚੀ ਗਧੇ ਨੇ ਦੇਖਿਆ, ਉਹ ਕਦੇ ਆਪਦਾ ਦਿਮਾਗ ਤਾਂ ਵਰਤਦਾ ਨਹੀਂ ਸੀ ਨਾ। ਉਹਨੇ ਕੀ ਸੋਚਿਆ ਵੀ ਅੱਛਾ ਅੱਛਾ, ਜਿਹੜਾ ਹੁਸ਼ਿਆਰ ਗਧਾ ਸੀ ਪਹਿਲਾਂ ਨੋਰਮਲ ਜਾ ਰਿਹਾ ਸੀ, ਫਿਰ ਉਹ ਪਾਣੀ 'ਚ ਵੜ ਗਿਆ, ਫਿਰ ਉਹਦੀ ਸਪੀਡ ਦੁੱਗਣੀ ਹੋ ਗਈ, ਬਸ ਮੈਨੂੰ ਵੀ ਜੋ ਕੋਈ ਕੰਮ ਕਹੂਗਾ ਮੈਂ ਵੀ ਸੇਮ ਕਾਪੀ ਕਰੂੰਗਾ, ਮੈਂ ਵੀ ਨਕਲ ਐਵੇਂ ਮਾਰੂੰਗਾ। ਅਗਲੇ ਦਿਨ ਮਾਲਕ ਨੇ ਕੀ ਕਰਿਆ, ਨਲਾਇਕ ਗਧੇ ਦੇ ਢੋਈ ਦੇ ਉੱਤੇ ਰੂੰ ਦੀਆਂ ਦੋ ਪੰਡਾਂ ਬੰਨ ਕੇ ਧਰਤੀਆਂ, ਕੋਟਨ ਕੋਟਨ ਦੀਆਂ ਦੋ ਪੰਡਾਂ ਬੰਨ ਕੇ ਧਰਤੀਆਂ, ਹਲਕੀਆਂ ਸੀਗੀਆਂ, ਤੁਰਦਾ ਜਾਵੇ ਤੁਰਦਾ ਜਾਵੇ। ਜਦੋਂ ਆਈ ਨਹਿਰ, ਉਹਨੂੰ ਨਕਲਚੀ ਨੂੰ ਯਾਦ ਆ ਗਿਆ ਵੀ ਅੱਛਾ ਅੱਛਾ, ਹੁਸ਼ਿਆਰ ਪਾਣੀ 'ਚ ਵੜਿਆ ਸੀ, ਉਸ ਤੋਂ ਬਾਅਦ ਉਹਦੀ ਸਪੀਡ ਵੀ ਦੁੱਗਣੀ ਹੋ ਗਈ ਸੀ। ਬਸ ਆਹੀ ਫਰਕ ਰਹਿ ਗਿਆ ਕਿ ਉਹ ਜਦੋਂ ਨਹਿਰ 'ਚ ਵੜਿਆ ਤਾਂ ਸਾਰਾ ਪਾਣੀ ਸੀ ਜਿਹੜਾ ਉਹ ਰੂਹ ਨੇ
ਸੋਖ ਲਿਆ ਅਤੇ ਰੂੰ ਤਾਂ ਤੁਹਾਨੂੰ ਪਤਾ ਫਿਰ ਜਦੋਂ ਪਾਣੀ ਪੈ ਗਿਆ ਕਿੰਨੀ ਭਾਰੀ ਹੋ ਗਈ ਅਤੇ ਗਧਾ ਇੱਕ ਕਦਮ ਵੀ ਨਹੀਂ ਚੱਲ ਸਕਿਆ ਅਤੇ ਉੱਥੇ ਡਿੱਗ ਗਿਆ ਅਤੇ ਭਾਰ ਥੱਲੇ ਆ ਕੇ ਮਰ ਗਿਆ। ਕਹਿਣ ਦਾ ਮਤਲਬ ਕੀ ਸੀਗਾ ਕਿ ਜੇ ਤੁਸੀਂ ਕਿਸੇ ਦੀ ਹਰ ਕੰਮ 'ਚ ਨਕਲ ਕਰੋਗੇ ਕਦੇ ਕਾਮਯਾਬ ਨਹੀਂ ਹੋਵੋਗੇ। ਇਹ ਸੱਚਾਈ ਹੈ ਕਿਉਂਕਿ ਪਰਮਾਤਮਾ ਨੇ ਹਰੇਕ ਬੰਦੇ ਨੂੰ ਇੱਕ ਕਲਾ ਦਿੱਤੀ ਹੋਈ ਹੈ। ਜੇ ਮੱਛੀ ਹੈ ਨਾ, ਜਿਹੜੀ ਮੱਛੀ ਉਹ ਪਾਣੀ 'ਚ ਬਹੁਤ ਤੇਜ਼ ਭੱਜ ਸਕਦੀ ਹੈ ਪਰ ਮੱਛੀ ਦਰਖਤ 'ਤੇ ਬਹੁਤ ਉੱਚਾ ਨਹੀਂ ਚੜ੍ਹ ਸਕਦੀ। ਸੇਮ ਬਾਂਦਰ ਪਾਣੀ ਦੇ ਵਿੱਚ ਬਹੁਤ ਤੇਜ਼ ਨਹੀਂ ਤੈਰ ਸਕਦਾ ਪਰ ਦਰਖਤਾਂ 'ਤੇ ਕਿਵੇਂ ਕਿਵੇਂ ਚੜ੍ਹ ਸਕਦਾ ਹੈਗਾ। ਹਰ ਚੀਜ਼ ਦਾ ਇੱਕ ਮੁੱਲ ਹੈ, ਹਰ ਚੀਜ਼ ਦੀ ਇੱਕ ਵੈਲਿਊ ਹੈ। ਜਿਹੜੀ ਕਹਾੜੀ ਹੈ ਨਾ, ਕਹਾੜੀ ਤੁਸੀਂ ਉਹਦੇ ਨਾਲ ਕਦੇ ਵਾਲ ਨਹੀਂ ਕੱਟ ਸਕਦੇ। ਜਿਹੜੇ ਆਪਾਂ ਜੇ ਕਿਸੇ ਦੁਕਾਨਦਾਰ ਕੋਲ ਜਾਓ ਵੀ ਵਾਲ ਕੱਟਣੇ ਨੂੰ ਕਹਾੜੀ ਚੱਕ ਕੇ ਖੜ੍ਹਦੇ ਹੈਗੀ ਤਾਂ ਉਹ ਵੀ ਤਿੱਖੀ ਹੈ, ਪਰ ਜਿਹੜੀ ਆਮ ਬਲੇਡ ਹੁੰਦਾ ਤੁਸੀਂ ਉਹਦੇ ਨਾਲ ਦਰਖਤ ਵੀ ਨਹੀਂ ਕੱਟਦੇ ਨਾ। ਹਰ ਚੀਜ਼ ਦੀ ਇੱਕ ਆਪਣੀ ਵੈਲਿਊ ਹੁੰਦੀ ਹੈ। ਕਿਸੇ ਨੂੰ ਦੇਖ ਕੇ, ਕਿਉਂਕਿ ਆਹ ਸਟੋਰੀ ਨੂੰ ਸੁਣਾਉਣ ਦਾ ਮਤਲਬ ਇਹ ਸੀਗਾ, ਬਹੁਤ ਲੋਕ ਖਾਸ ਤੌਰ 'ਤੇ, ਮੈਂ ਤਾਂ ਆਪਦੇ ਘਰ ਤੋਂ ਸ਼ੁਰੂ ਕਰਦਾ, ਮੈਂ ਅੱਜ ਇੰਗਲਿਸ਼ ਟੀਚਰ ਹਾਂ, ਮੈਂ ਆਇਲਸ ਪੜ੍ਹਾਉਂਦਾ, ਅੱਜ ਮੋਟੀਵੇਸ਼ਨਲ ਚੈਨਲ ਦੇ ਉੱਤੇ ਕੰਮ ਕਰ ਰਿਹਾ। ਮੇਰੇ ਘਰ ਦੇ ਮੈਨੂੰ ਸ਼ੁਰੂ ਤੋਂ ਇੱਕ ਕੰਮ ਕਰਦੇ ਸੀ, ਤੂੰ MBA ਕਰ, ਤੂੰ BCA ਕਰ, ਤੂੰ BBA ਕਰ। ਕਿਉਂ? ਕਿਉਂਕਿ ਤੁਹਾਡੇ ਰਿਸ਼ਤੇਦਾਰਾਂ ਨੇ ਉਹ ਕਰਿਆ ਹੁੰਦਾ ਨਾ, ਅਤੇ ਆਪਣੇ ਮਾਂ ਪਿਓ ਨੂੰ ਹੁੰਦਾ ਬਸ ਕਾਪੀ ਕਰੋ, ਬਸ ਜੋ ਉਹਨਾਂ ਦੇ ਮੁੰਡੇ ਨੇ ਕਰਿਆ ਜਾਂ ਉਹਨਾਂ ਦੀ ਕੁੜੀ ਨੇ ਕਰਿਆ ਉਹੀ ਕੰਮ ਸਾਡਾ ਜਵਾਕ ਕਰੇ। ਪਰ ਅਸਲੀਅਤ 'ਚ ਕੀ ਹੁੰਦਾ ਕਿ ਹਰ ਬੰਦੇ ਦੇ ਅੰਦਰ ਇੱਕ ਕਲਾ ਹੁੰਦੀ ਹੈਗੀ, ਹਰ ਬੰਦੇ ਦੇ ਅੰਦਰ। ਸ਼ਾਇਦ ਮੈਂ ਬਹੁਤ ਸੋਹਣਾ ਪੜ੍ਹਾ ਸਕਦਾ ਹੋਵਾਂ ਪਰ ਮੈਂ ਬਹੁਤ ਸੋਹਣਾ ਨਾ ਗਾ ਸਕਦਾ ਹੋਵਾਂ। ਜਿਹੜੇ ਮੇਰੇ ਦੋਸਤ ਗਾਉਂਦੇ ਨੇ ਖਬਰ, ਬਹੁਤ ਸੋਹਣਾ ਗਾ ਸਕਦੇ, ਬਹੁਤ ਸੋਹਣਾ ਨਹੀਂ ਪੜ੍ਹਾ ਸਕਦੇ, ਤਾਂ ਪਰਮਾਤਮਾ ਨੇ ਜਿਹੜੀ ਤੁਹਾਡੇ ਅੰਦਰ ਕਲਾ ਬਖਸ਼ੀ ਹੈਗੀ ਆਪਾਂ ਉਹਦਾ ਮੁੱਲ ਲਿਆ ਜਾਵੇ, ਨਾ ਕਿ ਕਿਸੇ ਦੀ ਕਾਪੀ ਕਰ ਕਰਕੇ ਜਿਵੇਂ ਉਹ ਕਰਦਾ ਉਵੇਂ ਕਰੀਏ, ਜਿਵੇਂ ਉਹ ਕਰਦਾ ਉਵੇਂ ਕਰੀਏ। ਤਾਂ ਅਸਲੀਅਤ ਦੇ ਵਿੱਚ ਆਪਣੀ ਵੀਡੀਓ ਨੂੰ ਖਤਮ ਕਰਦਾ, ਮੈਂ ਤੁਹਾਨੂੰ ਇਹ ਗੱਲ ਦੱਸ ਸਕਦਾ, ਮੈਂ ਕਿਸੇ ਬਹੁਤ ਚੰਗੇ ਸਿੰਗਰ ਵਰਗਾ ਗਾ ਨਹੀਂ ਸਕਦਾ, ਇਹ ਸੱਚਾਈ ਹੈ, ਪਰ ਬਹੁਤ ਚੰਗਾ ਸਿੰਗਰ ਮੇਰੇ ਵਰਗਾ ਪੜ੍ਹਾ ਵੀ ਨਹੀਂ ਸਕਦਾ ਨਾ। ਕਿਉਂਕਿ ਪਰਮਾਤਮਾ ਨੇ ਹਰ ਬੰਦੇ ਨੂੰ ਇੱਕ ਕਲਾ ਬਖਸ਼ੀ ਹੈ। ਜਿਹੜੇ ਬੰਦੇ ਖੇਤਾਂ 'ਚ ਕੰਮ ਕਰਦੇ ਉਹਨਾਂ ਨੂੰ ਖੇਤਾਂ ਦਾ ਆਉਂਦਾ ਹੈਗਾ, ਜਿਹੜੇ ਦੁਕਾਨਾਂ 'ਤੇ ਕੰਮ ਕਰਦੇ ਉਹਨਾਂ ਨੂੰ ਦੁਕਾਨਾਂ ਦਾ ਆਉਂਦਾ, ਜਿਹੜੇ ਪੜ੍ਹਾਉਂਦੇ ਉਹਨੂੰ ਪੜ੍ਹਾਉਣ ਦਾ ਆਉਂਦਾ। ਤਾਂ ਅਸਲੀਅਤ ਦੇ ਵਿੱਚ ਜੇ ਤੁਸੀਂ ਕਿਸੇ ਦੀਆਂ ਨਕਲਾਂ ਮਾਰ ਮਾਰ ਕੇ ਤੁਸੀਂ ਕੰਮ ਕਰੋਗੇ ਤਾਂ ਜ਼ਿੰਦਗੀ 'ਚ ਕਾਮਯਾਬੀ ਦੂਰ ਕੀ ਮਿਲਣੀ ਓ ਨਹੀਂ ਹੈਗੀ। ਤਾਂ ਆਪਣੀ ਕਲਾ ਨੂੰ ਪਛਾਣੋ ਅਤੇ ਜ਼ਿੰਦਗੀ ਨੂੰ ਪਿਆਰ ਕਰੋ ਅਤੇ ਬਹੁਤ ਛੇਤੀ ਕਾਮਯਾਬ ਹੋ। ਅਤੇ ਮੈਂ ਹਮੇਸ਼ਾ ਕੋਟ ਲਿਖਦਾ ਹੁੰਦਾ, ਪੌੜੀ ਬਾਏ ਪੌੜੀ ਚੜ੍ਹਾਂਗੇ ਕਿਉਂਕਿ ਲਿਫਟਾਂ ਸਾਨੂੰ ਪਸੰਦ ਨਹੀਂ ਹੈਗੀਆਂ। ਅਸੀਂ ਇੱਕੋ ਲੱਖ ਤੋਂ ਉੱਪਰ ਆਉਣ ਵਾਲੇ ਬੰਦੇ ਨਹੀਂ ਹੈਗੇ, ਅਸੀਂ ਆਰਾਮ ਨਾਲ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਚੈਨਲ ਨੂੰ ਕਾਮਯਾਬ ਕਰਾਂਗੇ। ਵੀਡੀਓ ਵਧੀਆ ਲੱਗੀ ਹੋਵੇ, ਕੋਈ ਗੱਲਾਂ 'ਚੋਂ ਤੁਹਾਨੂੰ ਸਿੱਖਿਆ ਮਿਲੀ ਹੋਵੇ ਤਾਂ ਬੇਨਤੀ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰੋ, ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ, ਅਤੇ ਹਰ ਰੋਜ਼ ਐਵੇਂ ਦੀਆਂ ਵੀਡੀਓਜ਼, ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਲਈ ਰਮਨ ਸ਼ਰਮਾ ਲੈ ਕੇ ਆਉਂਦਾ ਰਹੂਗਾ। ਥੈਂਕ ਯੂ ਵੈਰੀ ਮੱਚ, ਬਹੁਤ ਪਿਆਰ, ਲਵ ਯੂ, ਟੇਕ ਕੇਅਰ, ਗੁੱਡ ਬਾਏ, ਥੈਂਕ ਯੂ ਸੋ ਮੱਚ।